ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਅਨਬੋਕਸਰ ਆਫ ਪੰਜਾਬ ਵਿੱਚ। ਅਤੇ ਦੋਸਤੋ, ਸਾਰਿਆਂ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਅਤੇ ਅੱਜ ਆਪਾਂ ਲੈ ਕੇ ਆਏ ਹਾਂ ਦੋਸਤੋ ਵਾਇਰਲੈਸ ਹੈੱਡਫੋਨ ਸੋਨੀ ਦੇ। ਆਪਾਂ ਪਹਿਲਾਂ ਦੋ ਵੀਡੀਓ ਬਣਾਈ ਸੀਗੀਆਂ, ਜੇ ਬੀ ਐਲ ਅਤੇ ਪੋਟਰੋਨਿਕਸ, ਜੇ ਬੀ ਐਲ E55BT ਦੇ ਆਪਾਂ ਰਿਵਿਊ ਕੀਤੇ ਸੀਗੇ। ਅਤੇ ਆਪਣਾ ਫਰੈਂਡ ਸਰਕਲ ਹੈ ਜਿਹੜਾ, ਉਹ ਕਹਿੰਦਾ ਇੱਕ ਹੋਰ ਵਧੀਆ ਹੈੱਡਫੋਨ ਵਾਇਰਲੈਸ ਜਿਹੜੇ ਉਹਨਾਂ ਦੀ ਵੀਡੀਓ ਬਣਾ, ਕਿਉਂਕਿ E55BT ਜਿਹੜਾ ਬੇਸ 'ਚ ਸੀਗਾ ਉਹ ਬਿਲਕੁਲ ਹੀ ਲੋਅ ਬੇਸ ਸੀਗਾ। ਅਤੇ ਇਹ ਹੈੱਡਫੋਨ ਮੈਂ 12,500 ਦੇ ਪਰਚੇਜ਼ ਕੀਤੇ ਆ, ਅਤੇ 12,500 ਦੇ, ਅਤੇ ਕਾਫੀ ਅੱਛਾ ਪੀਸ ਹੈਗਾ ਇਹਦੇ ਕੰਪੈਰੀਜ਼ਨ 'ਚ। ਤੁਸੀਂ ਇਸ ਕੱਲ ਕੈਂਡੀ ਕ੍ਰਸ਼ਰ ਵੀ ਲੈ ਸਕਦੇ ਹੋ, ਕ੍ਰਸ਼ਰ 2 ਹੈ ਜਿਹੜਾ ਵਾਇਰਲੈਸ, ਉਹਨੂੰ ਤੁਸੀਂ ਇਹਦੇ ਕੰਪੈਰੀਜ਼ਨ 'ਚ ਲੈ ਸਕਦੇ ਹੋ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਇਹਦੇ 'ਚ ਹੈੱਡਫੋਨ ਕਨੈਕਟ ਦੇ, ਇਹਦੇ 'ਚ ਬਲੂਟੂਥ ਵਰਜ਼ਨ ਹੈ, NFC ਹੈ, ਅਤੇ ਬੋਕਸ ਨਾਲ ਵੀ ਤੁਸੀਂ ਇਹਨੂੰ ਕਨੈਕਟ ਕਰ ਸਕਦੇ ਹੋ ਜੇ ਬੈਟਰੀ ਲੋਅ ਹੈ। ਅਤੇ 19 ਘੰਟੇ ਦਾ ਇਹਦਾ ਬੈਟਰੀ ਬੈਕਅਪ, 18 ਘੰਟੇ ਦਾ ਹੈਗਾ। ਜੇ ਤੁਸੀਂ ਇਹਨੂੰ 18 ਘੰਟੇ ਲਗਾਤਾਰ ਚਲਾਉਣਾ ਚਾਹੁੰਦੇ ਹੋ ਚਲਾ ਸਕਦੇ ਹੋ। ਅਤੇ ਬੋਕਸ ਕਾਫੀ ਅੱਛਾ ਬਣਿਆ ਹੋਇਆ, ਅਤੇ ਮੈਂ ਔਨਲਾਈਨ ਇਹ ਪਰਚੇਜ਼ ਕੀਤਾ, 1 ਸਾਲ ਦੀ ਇਹਨਾਂ ਦੀ ਗਰੰਟੀ ਹੈ। ਅਤੇ ਤੁਸੀਂ ਪ੍ਰਾਈਜ਼ ਦੇਖ ਸਕਦੇ ਹੋ, 13,990 ਲਿਖਿਆ ਹੋਇਆ, ਲੇਕਿਨ 12,500 ਦੇ ਮੈਨੂੰ ਔਨਲਾਈਨ ਮਿਲਿਆ। ਅਤੇ ਆਈਫੋਨ ਅਤੇ ਐਂਡਰੋਇਡ ਦੋਨਾਂ ਨੂੰ ਇਹ ਕਨੈਕਟ ਹੋ ਜਾਂਦਾ ਦੋਨਾਂ ਨਾਲ। ਅਤੇ ਹੁਣ ਆਪਾਂ ਦੇਖਦੇ ਹਾਂ ਫਰੈਂਡ ਵੀ ਇਹ ਕਿੱਦਾਂ ਦਾ ਵਿੱਚੋਂ ਪੀਸ ਕੀ ਹੈ, ਇਹਦੇ 'ਚ ਕੀ ਐਕਸੈਸਰੀ ਹੈ, ਕੀ ਨਾਂ ਹੈ, ਅਤੇ ਕਨੈਕਟਿਵਿਟੀ ਇਹਦੀ ਕਿੱਦਾਂ ਦੀ ਹੈ, ਅਤੇ ਬੇਸ ਕੁਆਲਿਟੀ ਹੈ ਜਿਹੜੀ ਮੈਂ ਸੁਣ ਕੇ ਤੁਹਾਨੂੰ ਦੱਸਦਾ ਕਿੱਦਾਂ ਦੀ ਹੈ। ਕਾਫੀ ਅੱਛੀ ਪੈਕਿੰਗ ਸੋਨੀ ਨੇ, ਮੈਂ ਇੱਕ ਪਹਿਲਾਂ ਵੀ ਮਾਡਲ ਹੈਗਾ ਮੇਰੇ ਕੋਲ ਵਾਇਰ, ਅਤੇ ਉਹਦੀ ਕਨੈਕਟਿਵਿਟੀ ਵੀ ਕਾਫੀ ਅੱਛੀ ਸੀਗੀ। ਉਹਦਾ ਲੌਂਗ ਲਾਈਫ ਪ੍ਰੋਡਕਟ ਹੈਗਾ ਸੋਨੀ ਦੇ ਹੈੱਡਫੋਨਸ ਨੇ ਜਿਹੜੇ। ਅਤੇ ਬਲੂਟੂਥ ਵਰਜ਼ਨ ਇਹਦਾ ਲੇਟੈਸਟ ਹੈ, ਅਤੇ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜਾ ਕੇ ਐਪਲੀਕੇਸ਼ਨ ਇਹਦੀ ਨਾਲ ਮਿਲਦੀ ਹੈ ਤੁਹਾਨੂੰ ਸੋਨੀ ਦੀ, ਅਤੇ ਬਲੈਕ ਬੋਕਸ ਵਿੱਚੋਂ ਨਿਕਲਿਆ। ਐਪਲੀਕੇਸ਼ਨ ਨਾਲ ਤੁਸੀਂ ਇਹਨਾਂ ਨੂੰ ਕਨੈਕਟ ਕਰੋਗੇ ਤਾਂ ਥੋੜ੍ਹੀ ਜ਼ਿਆਦਾ ਅੱਛੀ ਸਾਊਂਡ ਕੁਆਲਿਟੀ ਦਿੰਦੇ ਨਾਲ। ਹੈਗੀ ਹੈ USB ਕੇਬਲ, ਅਤੇ ਹੈਗੀ ਹੈ USB ਚਾਰਜਿੰਗ ਕੇਬਲ ਹੈ, ਅਤੇ ਉਸ ਕੇਬਲ ਇਹਦੇ 'ਚ ਦਿੱਤੀ ਹੋਈ ਹੈ। ਸੋਨੀ ਮੈਨੂੰ ਜੋ ਸ਼ਾਇਦ ਫੰਕਸ਼ਨ ਵੀ ਦੱਸੇ ਹੋਏ ਹੈ, ਅਤੇ ਇਸ ਤੋਂ ਬਿਨਾਂ ਕੁਛ ਹੋਰ ਕਹਿ ਨਹੀਂ ਕੁਛ। ਅਤੇ ਹੁਣ ਦੇਖਦਾ ਹਾਂ, ਮੈਂ ਪਹਿਲਾਂ ਇਹਨਾਂ ਦੇ ਨੈਟ 'ਤੇ ਰਿਵਿਊ ਦੇਖੇ ਸੀਗੇ, ਕਾਫੀ ਵਧੀਆ ਲੋਕਾਂ ਨੇ ਰੇਟਿੰਗ ਵੀ ਦਿੱਤੀ ਹੋਈ ਹੈ, ਅਤੇ ਮੈਂ ਆਪ ਨਹੀਂ ਸੁਣਿਆ ਸੀ, ਅਤੇ ਕਾਫੀ ਕੰਫਰਟੇਬਲ ਲੱਗ ਰਹੇ ਆ ਦੇਖਣ ਨੂੰ ਹੈੱਡਫੋਨ, ਅਤੇ ਬਹੁਤ ਜ਼ਿਆਦਾ ਹੈਵੀ ਵੀ ਨਹੀਂ ਹੈਗੇ, ਅਤੇ ਲੁੱਕ ਵਾਈਜ਼ ਰੈੱਡ ਅਤੇ ਬਲੈਕ ਕੰਬੀਨੇਸ਼ਨ ਬਹੁਤ ਵਧੀਆ। ਅਤੇ ਤੁਸੀਂ ਦੇਖ ਸਕਦੇ ਮੈਟਲ ਦਾ ਲੁੱਕ ਹੈਗਾ ਜਿਹੜਾ ਕਾਫੀ ਵਧੀਆ, ਤਾਂ ਐਡਜਸਟੇਬਲ ਹਾਈਟ ਹੈ ਨਾ। ਅਤੇ ਤੁਸੀਂ ਦੇਖ ਸਕਦੇ ਹੋ ਚਾਰਜਿੰਗ ਪੁਆਇੰਟ, ਹੈੱਡਫੋਨ ਆਪਸ ਨਾਲ ਤੁਸੀਂ ਲਗਾ ਸਕਦੇ ਹੋ ਮਾਈਕ, ਅਤੇ ਇਹ ਬੇਸਿਕ ਦਾ ਬਟਨ ਹੈ ਜਿਹੜਾ ਐਡਵਾਂਸ ਬੇਸ, ਇਹਨੂੰ ਪ੍ਰੈਸ ਕਰੋਗੇ ਤਾਂ ਐਡਵਾਂਸ ਬੇਸ ਆਊਗੀ ਇਹਦੇ ਵਿੱਚ, ਅਤੇ NFC ਕਨੈਕਟਿੰਗ। ਅਤੇ ਦੋਸਤੋ ਆਪਾਂ ਇਹਨੂੰ ਔਨ ਕਰਕੇ ਦੇਖਦੇ ਹਾਂ, ਇਹ ਹੈਗਾ ਤਾਂ ਪਾਵਰ ਸਵਿੱਚ, ਸ਼ਾਇਦ ਇਹਨੂੰ ਪ੍ਰੈਸ ਕਰਕੇ ਰੱਖਣਾ ਪੈਣਾ, ਪ੍ਰੈਸ ਕਰਕੇ ਰੱਖਣਾ ਪੈਂਦਾ। ਅਤੇ ਪੇਅਰਿੰਗ ਲਾਈਟ ਆ ਰਹੀ ਹੈ, ਬਲਿੰਕਿੰਗ ਹੋ ਰਹੀ ਹੈ ਜਿਹੜੀ, ਅਤੇ ਆਪਾਂ ਇਹਨੂੰ ਕਨੈਕਟ ਕਰਕੇ ਦੇਖਦੇ ਹਾਂ ਆਪਣੇ ਫੋਨ ਦੇ ਵਿੱਚ। ਅਤੇ ਬਲੂਟੂਥ ਦੇ ਵਿੱਚ ਸੈਟਿੰਗਸ 'ਚ ਜਾ ਕੇ ਸੈਟਿੰਗਸ ਬਲੂਟੂਥ, ਅਤੇ MDR-XB ਇਹ ਮਾਡਲ ਹੈਗਾ ਜਿਹੜਾ, ਆਪਾਂ ਇਹਨੂੰ ਕਨੈਕਟ ਕਰਦੇ ਹਾਂ। ਪੇਅਰ ਕਨੈਕਟਡ,
ਤੇ ਕਨੈਕਟ ਹੋ ਗਿਆ ਤੇ ਬਲਿੰਕਿੰਗ ਹਟ ਗਈ, ਇੱਕ ਇੱਕ ਕਲਰ ਆ ਰਿਹਾ, ਪਹਿਲਾਂ ਦੋ ਕਲਰ ਆ ਰਹੇ ਸੀਗੇ ਤੇ ਆਪਾਂ ਟਰੈਕ ਪਲੇ ਕਰਕੇ ਦੇਖਦੇ ਹਾਂ ਕੋਈ ਕਿੱਦਾਂ ਦੀ ਹੈ। ਹੈੱਡਫੋਨ ਲੁੱਕ ਵਾਈਜ਼ ਕਾਫੀ ਅੱਛੇ ਲੱਗ ਰਹੇ ਨੇ ਅਤੇ ਮਿਊਜ਼ਿਕ ਆਪਾਂ ਸੁਣ ਕੇ ਦੇਖਦੇ ਹਾਂ ਕਿੱਦਾਂ ਦਾ ਮਿਊਜ਼ਿਕ ਇਹਨਾਂ ਨੂੰ ਸੌਂਗ ਪਲੇ ਕਰ ਲੈਂਦੇ ਹਾਂ। काफ़ी अच्छी वॉइस है, नॉइस कैंसलेशन जो भी तुम बेस इफेक्ट ऑन करते हो तो ये एक बेस इफेक्ट ऑन की ऑप्शन जी आवाज़ बिच आती है, तो बेस बहुत अच्छी है, तो हेडफोन काफ़ी लुक वाइज बहुत अच्छे ने। मैं बेस इफेक्ट है जो मैं थोड़ा इतना का नहीं दस सुना सकता पर क्योंकि हेडफोनस ने ਬਾਕੀ ਬੇਸ ਇਫੈਕਟ ਆ ਜਿਹੜਾ E55BT ਨਾਲੋਂ ਤਾਂ ਬਹੁਤ ਜ਼ਿਆਦਾ ਹੈ ਅਤੇ ਕੰਪੇਅਰ ਕਰ ਸਕਦੇ ਹਾਂ ਤੁਸੀਂ ਇਹਨੂੰ ਸਕਲ ਕੈਂਡੀ ਕ੍ਰਸ਼ਰ ਨਾਲ, ਅਤੇ ਬਹੁਤ ਹੀ ਵਧੀਆ ਹੈੱਡਫੋਨ ਨੇ ਮੇਰੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਇਸ ਟਾਈਮ। ਜੇ ਤੁਸੀਂ 10,000 ਦੇ ਨੇੜੇ ਤੇੜੇ ਜਾਂ 10-15 ਦੇ ਵਿੱਚ ਹੈੱਡਫੋਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੋਨੀ ਦਾ ਇਹ ਮਾਡਲ ਲੈ ਸਕਦੇ ਹੋ MDR-XB950B1 ਅਤੇ ਐਕਸਟਰਾ ਬੇਸ ਤੁਸੀਂ ਇਹਨੂੰ ਹੈੱਡਫੋਨ ਨੂੰ ਪਰਚੇਜ਼ ਕਰ ਸਕਦੇ ਹੋ, ਬਹੁਤ ਹੀ ਵਧੀਆ ਹੈੱਡਫੋਨ ਨੇ। ਅਤੇ ਬੋਕਸ ਦੇ ਵਿੱਚ ਹੋਰ ਇਸ ਤੋਂ ਬਿਨਾਂ ਮੇਰੇ ਖਿਆਲ ਕੁਛ ਨਹੀਂ ਹੁੰਦਾ, ਅਤੇ ਇਹੀ ਚਾਰਜਿੰਗ ਕੇਬਲ ਇਹਦੇ ਹਾਂ ਕਿਸੇ ਵੀ ਅਡੈਪਟਰ ਨਾਲ 5W ਦੇ ਨਾਲ ਤੁਸੀਂ ਕਨੈਕਟ ਕਰਕੇ ਇਹਨੂੰ ਚਾਰਜ ਕਰ ਸਕਦੇ ਹੋ। ਹੈੱਡਫੋਨ ਲੁੱਕ ਵਾਈਜ਼ ਬਹੁਤ ਵਧੀਆ ਨੇ ਅਤੇ ਸਾਊਂਡ ਇਹਨਾਂ ਦੀ ਬਹੁਤ ਜ਼ਿਆਦਾ ਕਲੀਅਰ ਹੈ ਅਤੇ ਕੰਫਰਟੇਬਲ ਬਹੁਤ ਜ਼ਿਆਦਾ ਨੇ। ਅਤੇ ਇਸ ਵੀ ਦੋਸਤੋ ਆਪਣੇ ਸੋਨੀ ਦੇ ਹੈੱਡਫੋਨਾਂ 'ਤੇ ਵੀਡੀਓ, ਹੈੱਡਫੋਨਾਂ ਦੀ ਵੀਡੀਓ ਤੁਹਾਨੂੰ ਪਤਾ ਹੈ ਕੋਈ ਜ਼ਿਆਦਾ ਆਪਾਂ ਇਹਦੇ 'ਚ ਨਹੀਂ ਦੱਸ ਸਕਦੇ, ਲੇਕਿਨ ਆਪਾਂ ਅਨਬੋਕਸਿੰਗ ਤੁਹਾਨੂੰ ਦੱਸਦੀ ਹੈ MDR ਜਿਹੜਾ XB950B1 ਹੈ ਜਿਹੜਾ ਮਾਡਲ ਹੈ ਤੁਸੀਂ ਇਹਨੂੰ ਅੱਖਾਂ ਬੰਦ ਕਰਕੇ ਤੁਸੀਂ ਲੈ ਸਕਦੇ ਹੋ, ਬਹੁਤ ਹੀ ਸੋਹਣਾ ਮਾਡਲ ਹੈ ਅਤੇ ਲੁੱਕ ਵਾਈਜ਼ ਵੀ ਅਤੇ ਲਿਸਨਿੰਗ ਵਾਈਜ਼ ਵੀ ਤੁਸੀਂ ਇਹਨੂੰ ਬਹੁਤ ਵਧੀਆ ਮਾਡਲ ਇਹਨੂੰ ਦੇਖ ਲਓ ਅਤੇ ਬਹੁਤ ਵਧੀਆ ਮਾਡਲ ਹੈ ਅਤੇ ਵਧੀਆ ਡੀਲ ਹੈ ਇੱਕ ਇਹ। ਅਤੇ ਕ੍ਰਸ਼ਰ ਜਿਹੜਾ ਹੈਗਾ ਉਹਦੇ ਵਰਜ਼ਨ ਹੈ ਜਿਹੜਾ ਕਾਫੀ ਪੁਰਾਣਾ, ਉਹਦੇ 'ਚ NFC ਦੀ ਆਪਸ਼ਨ ਤਾਂ ਹੈ ਨਹੀਂ, ਬੇਸ ਇਫੈਕਟ ਦੀ ਉਹਦੇ 'ਚ ਸਲਾਈਡ ਹੈ ਬਟਨ ਹੈਗਾ ਇੱਕ, ਲੇਕਿਨ ਮੇਰੇ ਖਿਆਲ ਨਾਲ ਇਹ ਲੇਟੈਸਟ ਵਰਜ਼ਨ ਹੈ ਅਤੇ ਜ਼ਿਆਦਾ ਵਧੀਆ ਉਹਦੇ ਨਾਲ ਐਡਵਾਂਸ ਹੈ। ਆਈਫੋਨ ਅਤੇ ਐਂਡਰੋਇਡ ਨਾਲ ਇਹਨੂੰ ਬੜੇ ਆਰਾਮ ਨਾਲ ਕਨੈਕਟ ਕੀਤਾ ਜਾ ਸਕਦਾ, ਇਹਦੀ ਇੱਕ ਅਲੱਗ ਤੋਂ ਐਪਲੀਕੇਸ਼ਨ ਤੁਸੀਂ ਜੇ ਡਾਊਨਲੋਡ ਕਰ ਲਓਗੇ ਤਾਂ ਇਫੈਕਟ ਹੋਰ ਜ਼ਿਆਦਾ ਵਧੀਆ ਆਉਣਗੇ। ਅਤੇ ਇਹ ਸੀਗੀ ਦੋਸਤੋ ਆਪਣੀ ਅੱਜ ਦੀ ਸੋਨੀ ਦੇ ਹੈੱਡਫੋਨਾਂ ਦੀ ਵੀਡੀਓ, ਅਤੇ ਅਗਲੀ ਵੀਡੀਓ ਦੇ ਵਿੱਚ ਕਿਸੇ 'ਚ ਹੋਰ ਆਪਣਾ ਹੈੱਡਫੋਨ ਹੈ ਜੇ ਤੁਸੀਂ ਰਿਵਿਊ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਅਤੇ ਹੈੱਡਫੋਨ ਬਹੁਤ ਹੀ ਅੱਛੇ ਨੇ ਇਹ ਅਤੇ ਪਰਚੇਜ਼ ਕਰ ਸਕਦੇ ਹੋ ਤੁਸੀਂ ਬਿਨਾਂ ਕਿਸੇ ਹਿਚਕਿਚਾਹਟ ਤੋਂ, ਬਹੁਤ ਹੀ ਵਧੀਆ ਹੈੱਡਫੋਨ ਨੇ। ਅਤੇ ਮਿਲਦੇ ਹਾਂ ਫਿਰ ਦੋਸਤੋ ਅਗਲੀ ਵੀਡੀਓ ਦੇ ਵਿੱਚ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।